हेलो दोस्तों, अस्सलाम वालेकुम। दोस्तों की हाल चाल, ठीक ठाक हो? ए जमान तो शाहजहाँ चले हैं तो यह दुबई के रोड ने, दुबई के रोड तुम वेख लो केंद्र रोड ने। तो रात की टाइम हो रहा है, 1:39 हो चुके हैं। तो हाल तक ड्राइवरी करते पे हैं, चेक कर लो। ਆ ਵੇਖੋ ਅਰਬੀਆਂ ਦੇ ਕੰਮ ਵੇਖੋ, ਰਾਤ ਨੂੰ ਰਮਲ ਦੇ ਉੱਤੇ ਬੈਠੇ ਨੇ, ਰਮਲ ਤੇ ਮੈਂ ਕਿਹਾ ਚਸਕੇ ਲੈ ਆਉਂਦੇ ਨੇ। ਵੇਖੋ ਆ ਵੇਖੋ, ਲੋਕੀ ਰਾਤ ਨੂੰ ਆਰਾਮ ਸੁਣਦੀ ਹੈ ਤੇ ਇਹ ਰਾਤ ਨੂੰ ਬਾਹਰ ਫਿਰਦੇ ਨੇ। ਆ ਵੇਖੋ ਦੋਸਤੋ, ਵੱਡੇ ਟਰਾਲੇ ਜਾਣ ਡੇ ਰਾਤ ਨੂੰ ਤੇ ਦਿਨੇ ਉਲੋ ਹੈ ਨੀ ਇਸ ਰੋਡ ਤੇ, ਰਾਤ ਨੀ ਘੁੰਮਦੇ ਰਹਿੰਦੇ ਨੇ ਬਸ ਇੱਥੇ। ਆ ਵੇਖੋ ਰਾਤ ਨੂੰ ਜਾ ਰਹੇ, ਦਿਨੇ ਲੋ ਹੈ ਨਹੀਂ। ਵੇਖੋ ਦੋਸਤੋ, ਆਸ ਪਾਸ ਕੋਈ ਪਿੰਡ ਵੀ ਕੋਈ ਨਜ਼ਰ ਨਹੀਂ ਆਉਂਦਾ, ਕੋਈ ਬਿਲਡਿੰਗ ਸ਼ਿਲਡਿੰਗ ਨਹੀਂ ਨਜ਼ਰ ਆਉਣੀ। ਆਸ ਪਾਸ ਉਜਾੜ ਹੈ ਇੱਥੇ, ਅਤੇ ਦੂਰ ਦੂਰ ਤੱਕ ਪਿੰਡ ਔਰ ਨਜ਼ਰ ਆਉਣ ਡੀਆਂ ਬਿਲਡਿੰਗਾਂ। ਇੱਥੇ ਰਿਹਾਇਸ਼ ਵੀ ਨਹੀਂ ਲਾਗੇ ਚਾਗੇ। ਆਹੋ ਕਿ ਖਲੋਤੀ ਇੱਕ ਰਾਤ ਨੂੰ। ਕਰੋ ਇੰਜੋਏ ਦੋਸਤੋ, ਯਾਰ ਕੀ ਯਾਦ ਹੀ ਕਰੋਗੇ। ਆਪਾਂ ਜੀ ਸ਼ਾਰਜਾ ਦੇ ਵਿੱਚ ਇੰਟਰ ਹੋਣ ਵਾਲੇ ਹਾਂ, ਅਜਮਾਨ 'ਚ ਸ਼ਾਰਜਾ 'ਚ ਇੰਟਰ ਹੋਣ ਲੱਗੇ ਹਾਂ। ਸ਼ਾਰਜਾ ਤਾਂ ਅਜਮਾਨ ਦਾ ਬਾਰਡਰ ਹੈ ਅਤੇ ਇੱਥੋਂ ਅਸੀਂ ਇੰਟਰ ਹੋ ਗਏ ਹਾਂ। ਲੋ ਭਾਈ, ਸ਼ਾਰਜਾ ਤਾਂ ਅੰਦਰ ਆ ਗਏ ਅਸੀਂ, ਹੋਰ ਦੱਸੋ। ਵੇਖੋ ਦੋਸਤੋ, ਘਰ ਜਾਣ ਡੇ ਨੇ ਇੱਥੇ, ਸੀਮੈਂਟ ਤੇ ਬਣਾਉਣ ਦੀ ਲੋੜ ਹੀ ਕੋਈ ਨਹੀਂ, ਟਰੱਕਾਂ ਮਗਰ ਪਾ ਕੇ ਘਰ ਹੀ ਲੈ ਜਾਂਦੇ। ਰਮਲ ਉੱਤੇ ਜਾ ਕੇ ਇੰਜੋਏ ਕਰਦੇ ਨੇ ਸਕੂਨ ਮਾਹੌਲ ਨਾਲ। ਸ਼ਾਰਜਾ ਦੁਬਈ ਰੋਡ ਦੋਸਤੋ, ਦੁਬਈ ਨੂੰ ਜਾਣਾ ਹੈ, ਸ਼ਾਰਜਾ ਨੂੰ ਜਾਣਾ, ਅਜਮਾਨ ਨੂੰ ਇਹੀ ਰੋਡ ਜਾ ਰਿਹਾ, ਠੀਕ ਹੈ? ਅਤੇ ਇਸ ਰੋਡ ਤੋਂ ਤੁਸੀਂ ਜਾ ਸਕਦੇ ਹੋ ਸ਼ਾਰਜਾ ਅਜਮਾਨ ਦੁਬਈ, ਐਸੀ ਰੋਡ ਤੋਂ ਜਾ ਰਹੇ ਹਾਂ। ਸਾਡਾ ਸਫ਼ਰ ਰਹਿ ਗਿਆ ਕੋਈ 40 ਕਿਲੋਮੀਟਰ ਰਹਿ ਗਏ, ਬਸ 40 ਕਿਲੋਮੀਟਰ ਰਹਿ ਗਿਆ, ਪਹੁੰਚ ਚੱਲੇ ਹਾਂ ਬਸ ਆਪਣੇ ਰੂਮ ਦੇ ਵਿੱਚ। ਦੋਸਤੋ ਇਹ ਮਸਜਿਦ ਹੈ ਇੱਧਰ ਨਮਾਜ਼ ਪੜ੍ਹਨੇ ਕੇ ਲੀਏ, ਤੋ ਮਾਸ਼ਾਅੱਲਾ ਬਹੁਤ ਖੂਬਸੂਰਤ ਹੈ ਭਾਈ। ਇਹ ਵੇਖੋ ਮੋਟਰਸਾਈਕਲ ਜਾ ਰਹੀ ਹੈ ਪੂਰੀ, ਮੈਂ ਕਿਹਾ ਚੱਸ ਮੋਟਰਸਾਈਕਲ ਹੈ। ਅਤੇ ਇਹ ਸ਼ਾਰਜਾ ਏਅਰਪੋਰਟ ਵਾਲਾ ਬ੍ਰਿਜ ਹੈ, ਸਾਡਾ ਬ੍ਰਿਜ ਨਜ਼ਰ ਆ ਰਿਹਾ ਨਾ, ਇਹ ਸ਼ਾਰਜਾ ਏਅਰਪੋਰਟ ਵਾਲਾ ਬ੍ਰਿਜ ਹੈ, ਇਹਦੇ ਸ਼ਾਰਜਾ ਏਅਰਪੋਰਟ 'ਤੇ ਜਾਂਦਾ ਹੈ। ਗੱਡੀਆਂ ਜਾ ਰਹੀਆਂ ਨੇ ਫਾਂਡਾ ਸਰਵਿਸ, ਵੇਖੋ 120 ਦਾ ਰੋਡ ਹੈ ਭਾਅ ਜੀ, 120 ਦਾ ਰੋਡ ਹੈ। ਸ਼ਰਾ ਸ਼ਾਰਜਾ ਹਨੇਰਾ ਥੋੜ੍ਹਾ ਨਜ਼ਰ ਨਹੀਂ ਆਉਣਾ, ਰਾਤ ਦਾ ਟਾਈਮ ਹੈ ਤਾਂ ਅੱਗੇ ਥੋੜ੍ਹਾ ਬਹੁਤਾ ਨਜ਼ਰ ਆਉਣ ਡਿਆ ਵੇ, ਇਹ ਰੋਡ ਨੇ ਵੇਖ ਲਓ। ਸੋ ਤਾਂ ਜਾ ਰਹੇ ਹਾਂ ਫਿਲਹਾਲ ਅਸੀਂ, ਇਹ ਜਾ ਰਿਹਾ ਭਾਅ ਜੀ ਇੱਕ ਮੋਟਰਸਾਈਕਲ ਵਾਲਾ। ਵੇਖੋ ਸਪੀਡਾਂ ਵੇਖੋ ਉਹਨਾਂ ਦੀਆਂ, ਆਹ ਵੇਖੋ ਇਹ ਉੱਤੇ ਉਹਨਾਂ ਨੇ ਲਿਖਿਆ ਤਾ ਕਿੱਥੇ ਤੁਸੀਂ ਜਾਣਾ ਚਾਹੁੰਦੇ ਹੋ, ਤਾਂ ਸਾਰਾ ਐਡਰੈਸ ਲਿਖਿਆ ਤਾ ਯੂਨੀਵਰਸਿਟੀ ਰੋਡ। ਮੈਂ ਕਿਹਾ ਪੈਟਰੋਲ ਪੰਪ ਆ ਗਿਆ ਇੱਥੇ ਮੇਨ ਰੋਡ 'ਤੇ, ਚੈੱਕ ਕਰ ਲਓ। ਇਹ ਦੁਬਈ ਦੇ ਭਾਅ ਜੀ VIP ਰੋਡ ਚੈੱਕ ਕਰੋ, ਬਸ ਉੱਥੇ ਬਿਲਡਿੰਗਾਂ ਬਣਦੀਆਂ ਪਈਆਂ, ਚੈੱਕ ਕਰੋ VIP। ਰਾਤ ਨੂੰ ਕੰਮ ਹੋ ਰਿਹਾ ਵੈ, ਉਹ ਟਰੱਕ ਵਾਲੇ ਤੂੰ ਸਾਡੇ ਹੋ। ਆਹ ਵੇਖੋ ਰਾਤ ਨੂੰ ਵੀ ਕੰਮ ਹੋ ਰਹੇ ਨੇ, ਲਾਈਟਾਂ ਲੱਗੀਆਂ ਨੇ, ਵੀ ਦਿਨ ਚੜਿਆ ਤਾ ਇੱਥੇ। ਇਹ ਸਾਡਾ ਭਾਈ ਸ਼ਾਰਜਾ ਜਿਹਾ, ਅਸੀਂ ਆ ਗਏ ਆਪਣੇ ਰੂਮ ਲੱਗੇ, ਆ ਗਏ ਇੱਥੇ ਕੰਮ ਹੋ ਰਿਹਾ ਥੋੜ੍ਹਾ ਜਿਹਾ। ਬਕਾਇਆ ਤੁਸੀਂ ਰੋਡ ਭੁੱਲ ਹੀ ਜਾਓਗੇ ਨਾ, ਅਤੇ ਆਹ ਵੇਖੋ ਪੂਰੀ ਡਿਟੇਲ ਲਿਖੀ ਹੁੰਦੀ ਉੱਤੇ, ਕਿੱਧਰ ਤੁਸੀਂ ਜਾਣਾ ਚਾਹੁੰਦੇ ਹੋ, ਇਹ ਰੋਡ ਇੱਧਰ ਨੂੰ ਜਾ ਰਿਹਾ, ਇਹ ਰੋਡ ਇੱਧਰ ਨੂੰ ਜਾ ਰਿਹਾ, ਪੂਰੀ ਡਿਟੇਲ ਲਿਖੀ ਹੈ, ਕੋਈ ਟੈਨਸ਼ਨ ਨਹੀਂ ਕੋਈ ਨਹੀਂ। ਇਹ ਆ ਗਿਆ ਭਾਅ ਜੀ ਸ਼ਾਰਜਾ ਵਿੱਚ ਇੰਟਰ ਹੋ ਗਿਆ। ਇਹ ਭਾਅ ਜੀ ਨੈਸ਼ਨਲ ਪੇਟ ਏਰੀਆ ਵਾ ਇੱਥੇ, ਨੈਸ਼ਨਲ ਪੇਟ, ਠੀਕ ਹੈ? ਉੱਥੇ ਆ ਗਏ ਹਾਂ, ਇੱਥੇ ਰੂਮ ਹੈ ਆਪਣਾ, ਅਤੇ ਅਸੀਂ ਇੱਥੇ ਰੂਮ ਦੇ ਵਿੱਚ ਚੱਲੇ ਹੁਣ। ਅਤੇ ਇਹ ਜਿਹੜਾ ਬ੍ਰਿਜ ਆਇਆ ਨਾ, ਅਸੀਂ ਇੱਥੋਂ ਲੈਫਟ ਕਰਨਾ ਵਾ, ਹੁਣ ਇਹਦੇ ਉੱਤੇ ਚੜ੍ਹਨਾ ਵੇ, ਉਹ ਵੀ ਉੱਤੇ ਲਿਖਿਆ ਤਾ ਸ਼ਾਰਜਾ। ਇੱਥੋਂ ਅਸੀਂ ਹੁਣ ਬ੍ਰਿਜ 'ਤੇ ਤਾਂ ਚੜ੍ਹਨਾ ਵੇ,
ਤਾਂ ਜਾ ਕੇ ਘੁੰਮ ਕੇ ਉੱਤੋਂ ਦੀ ਜਾਣਾ ਲੈਫਟ ਕਰ ਲੈਣਾ ਹੈ ਭਾਈ। ਜਾ ਰਹੀ ਗੱਡੀ ਭਾਈ, ਚੜ੍ਹ ਗਈ ਵੇਖੋ ਬ੍ਰਿਜ ਉੱਤੋਂ ਗੱਡੀ ਕਾਫੀ ਉੱਚੀ, ਹੁਣ ਇੱਥੋਂ ਬਾਹਰ ਹੱਥ ਨਹੀਂ ਕੱਢ ਸਕਦੇ, ਬਾਹਰੋਂ ਤੁਹਾਨੂੰ ਵਿਖਾ ਲੈਣਾ ਸੀਨ ਵੇਖੋ। ਮੈਂ ਕਿਹਾ ਬਿਲਡਿੰਗਾਂ ਦਾ ਬਰਾਬਰ ਵਾਹ, ਕਾਫੀ ਉੱਚਾ ਬ੍ਰਿਜ ਹੈ ਅਤੇ ਅੱਗੇ ਗੱਡੀਆਂ ਜਾ ਰਹੀਆਂ ਬਹੁਤ ਸਲੋ ਜਾ ਰਹੀਆਂ ਨੇ ਕਿਉਂਕਿ ਉੱਚਾ ਬ੍ਰਿਜ ਹੈ ਅਤੇ ਲੋਡ ਗੱਡੀ ਜਾ ਰਹੀ ਹੈ ਬੜੀ ਸਪੀਡ 'ਤੇ। ਅਤੇ ਆਹ ਚੈੱਕ ਕਰੋ, ਅੱਗੇ ਚੈੱਕ ਕਰੋ ਸਭ ਤੋਂ ਪਿਆਰੀ ਚੀਜ਼, ਮਸਜਿਦ ਕਿਤਨੀ ਪਿਆਰੀ ਲੱਗ ਰਹੀ ਰਾਤ ਨੂੰ, ਲਾਈਟਾਂ ਲੱਗੀਆਂ ਨੇ VIP। ਲਾਈਕ ਔਰ ਕਮੈਂਟ ਕਰਕੇ ਦੱਸੋ ਤੁਹਾਨੂੰ ਮਸਜਿਦ ਕਹਿੰਦੀ ਲੱਗੀ ਵਾਲੀ। ਇੱਥੇ ਹਨੇਰਾ ਆ ਗਿਆ, ਇੱਥੇ ਨਜ਼ਰ ਨਹੀਂ ਆ ਰਹੀ ਸਹੀ। ਆਹ ਵੇਖੋ ਭਾਈ ਦੋਸਤੋ, ਇਹ ਉੱਤਰ ਚੱਲਿਆ ਹੁਣ ਬ੍ਰਿਜ ਤੋਂ ਉੱਤਰ ਗਏ, ਥੱਲੇ ਲੈਫਟ ਕਰ ਲਿਆ ਸੀ। ਸਾਹਮਣੇ ਥੋੜ੍ਹੀ ਛੋਟੀ ਬਿਲਡਿੰਗਾਂ ਨੇ, ਬਹੁਤੀ ਵੱਡੀ ਤਾਂ ਬਿਲਡਿੰਗਾਂ ਹੈ ਨਹੀਂ ਕੋਈ। ਕਿਸ ਦਿਨ ਦੁਬਈ ਵੀ ਜਾਵਾਂਗੇ, ਉੱਥੋਂ ਤੁਹਾਨੂੰ ਵੀਡੀਓ ਬਣਾ ਕੇ ਵਿਖਾਵਾਂਗੇ, ਉੱਥੋਂ ਮਾਹੌਲ ਸ਼ੋਲ ਸਾਰਾ ਸਿਸਟਮ, ਇੱਥੇ ਮਾਰਕੀਟਾਂ ਜਿੰਦੀਆਂ ਹੈ ਤੁਹਾਨੂੰ ਉਹ ਵੀ ਵਿਖਾਵਾਂਗੇ, ਸਾਰਾ ਸਿਸਟਮ ਵਿਖਾਵਾਂਗੇ। ਅਗਰ ਵੀਡੀਓ ਪਸੰਦ ਆਈ ਤਾਂ ਲਾਈਕ ਔਰ ਕਮੈਂਟ ਦੱਸਿਓ ਤੁਹਾਨੂੰ ਵੀਡੀਓ ਕਹਿੰਦੀ ਲੱਗੀ। ਅਤੇ ਨੈਕਸਟ ਵੀਡੀਓ ਬਹੁਤ ਜਲਦੀ ਆਏਗੀ, ਅਤੇ ਅੱਗੇ ਮਾਰਕੀਟ ਦੇ ਵਿੱਚ ਜਾ ਕੇ ਬਣਾਉਣੀ ਵੀਡੀਓ, ਵਲੋਗ ਵੀਡੀਓ, VIP ਦੁਬਈ ਦੀਆਂ ਹਰ ਚੀਜ਼ਾਂ ਤੁਹਾਨੂੰ ਵਿਖਾਵਾਂ ਕਰਾਂਗੇ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਪਸੰਦ ਆਈ ਤਾਂ। ਅਤੇ ਆਹ ਵੇਖੋ ਦੋਸਤੋ, ਮੋਬੀਲਾ ਜਿੱਥੇ ਅਸੀਂ ਰਹਿੰਦੇ ਹਾਂ ਉਹਦਾ ਨਾਮ ਮੋਬੀਲਾ ਵੀ ਆ, ਉੱਥੇ ਲਿਖਿਆ ਤਾ ਮੋਬੀਲਾ 15 ਨੰਬਰ ਸਨਾਈਆ ਵੀ ਲਿਖਿਆ ਉੱਥੇ ਮੈਨੂੰ ਲੱਗਦਾ। ਠੀਕ ਹੈ, ਅਸੀਂ ਇੱਥੇ ਆ ਗਏ ਹਾਂ ਅਤੇ ਇੱਥੇ ਰੂਮ ਹੈ ਆਪਣਾ, ਅਸੀਂ ਇੱਥੇ ਉੱਤਰ ਗਏ ਮੇਨ ਰੋਡ ਤੋਂ ਥੱਲੇ, ਚੱਲਦੇ ਹੁਣ ਰੂਮ ਦੇ ਵਿੱਚ। ਅਤੇ ਚਲੋ ਹੁਣ ਤੁਹਾਨੂੰ ਦੋ ਇਜਾਜ਼ਤ, ਮਿਲਾਂਗੇ ਨੈਕਸਟ ਵੀਡੀਓ। ਓਕੇ, ਅੱਲਾ ਹਾਫਿਜ਼।